ਕਿ ਉਹਨਾਂ ਲੱਗ ਜਾਵੋ ਤੇ ਉਹ 100 ਤੋਂ ਕਰੋੜ ਤੋਂ 10 ਬਣ ਜਾਏਗਾ, ਵਰਨਾ ਉਹ ਆਪ ਇੱਕੋ ਹੀ ਜੇ। ਤਾਂ ਹੀ ਮਹਾਰਾਜ ਨੇ ਕਿਹਾ ਸਭਨਾ ਜੀਉ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਤੁਸੀਂ ਨਾਲ ਲੱਗ ਜਾਓ, 0-0 ਬਣ ਕੇ ਕਰੋੜਾਂ ਲੱਖਾਂ 'ਚ ਹੋ ਜਾਓ ਇਕੱਠੇ, ਰੱਬ ਨੇ ਫਿਰ ਵੀ ਇੱਕੋ ਹੀ ਰਹਿਣਾ ਜੇ। ਉਹ ਆਪਣੇ ਵਰਗਾ ਬਣਾ ਸਕਦਾ ਏ, ਉਹ ਢਾ ਨਹੀਂ ਸਕਦਾ। ਰੱਬ ਢਾਂਦਾ ਨਹੀਂ, ਰੱਬ ਹਮੇਸ਼ਾ ਸਭ ਕੁਛ ਬਣਾਉਂਦਾ ਏ। ਜੋ ਟੱਟਦੇ ਹੋ ਤਾਂ ਤੁਸੀਂ ਆਪਣੇ ਮਾੜੇ ਕਰਮਾਂ ਨੇ ਟੱਟਦੇ ਹੋ। ਕੋਈ ਤਵਾਰੀਫ ਵਿੱਚ ਐਸਾ ਕੋਈ ਇਤਿਹਾਸ ਦੱਸ ਦਿਓ ਕਿਸੇ ਰੱਬ ਦੇ ਸੰਤ ਨੇ, ਰੱਬ ਦੇ ਬੰਦੇ ਨੇ, ਜਾਂ ਕਿਸੇ ਨਬੀ ਪੈਗੰਬਰ ਨੇ ਕਿਸੇ ਨੂੰ ਬਰਬਾਦ ਕੀਤਾ ਹੋਵੇ। ਅੱਜ ਤੋਂ 500 ਸਾਲ 200 ਸਾਲ ਪਹਿਲਾਂ ਕਿਸੇ ਜ਼ਿੰਦਗੀ ਤਬਾਹ ਕੀਤੀ ਹੋਵੇ, ਉਹਨਾਂ ਦੇ ਜ਼ਿੰਦਗੀਆਂ ਦਿੱਤੀਆਂ ਨੇ ਲੋਕਾਂ ਨੂੰ, ਉਹਨਾਂ ਦੇ ਜੀਣਾ ਸਿਖਾਇਆ ਹੈ ਲੋਕਾਂ ਨੂੰ। ਉਹ ਜ਼ਿੰਦਗੀਆਂ ਕਟਾਵਾਂ ਨਹੀਂ ਆਉਂਦੇ, ਤੁਹਾਨੂੰ ਜੀਵਨ 'ਚ ਜੀਣਾ ਸਿਖਾਵਣ ਆਉਂਦੇ ਨੇ। ਉਹ ਤੁਹਾਨੂੰ ਉਹ ਆਪਣੇ ਨਾਂ ਦੇ ਦਿੰਦੇ ਨੇ, ਉਹ ਆਪਣੀ ਸੰਗਤ ਦੇ ਦਿੰਦੇ ਨੇ, ਉਹ ਆਪਣੀ ਚੀਜ਼ ਦੇ ਦਿੰਦੇ ਨੇ ਜਿਹੜੀ ਤੁਸੀਂ ਕਦੇ ਨਸੀਬਾਂ 'ਚ ਨਾ ਵੇਖੀ ਹੋਵੇਗੀ। ਅਤੇ ਅੱਜ ਦਾ ਜੋ ਸਮਾਂ ਹੈ ਉਹ ਰੱਬ ਦਾ ਸਮਾਂ ਕਿ ਚਾਰੇ ਪਾਸੇ ਹੀ ਹਾਹਾਕਾਰ ਹੈ। ਹਰ ਆਦਮੀ ਆਪਣੇ ਆਪਣੇ ਮੁਸ਼ਕਲਾਂ ਅਤੇ ਔਕੜਾਂ 'ਚ ਫਸਿਆ, ਜਕੜਿਆ ਪਿਆ, ਉਲਝਿਆ ਪਿਆ, ਫਸਿਆ ਪਿਆ, ਉਹ 'ਚ ਖੁੱਭਿਆ ਹੋਇਆ। ਉਹ 'ਚੋਂ ਨਿਕਲਣ ਦੇ ਵਾਸਤੇ ਔਰ ਤੁਸੀਂ ਸਾਰੇ ਇਕੱਲੇ ਇਕੱਲੇ ਜਾਗੋ, ਨਾ ਪੈਗੰਬਰਾਂ ਨੇ, ਨਾ ਸੰਤਾਂ ਨੇ ਅਤੇ ਨਾ ਰੱਬ ਨੇ ਕਦੇ ਲੱਖਾਂ ਆਦਮੀ ਆਪਣੇ ਨਾਲ ਲੈ ਕੇ ਤੁਰੇ, ਤਰ੍ਹਾਂ ਲੱਖਾਂ ਇਕੱਠੇ ਕੀਤੇ, 2-4 ਬੰਦੇ ਹੁੰਦੇ ਜਿਹੜੇ ਤਾਕ ਰੱਖ ਦਿੰਦੇ ਨੇ।